ਦੀ ਆਸ ਤੇ ਵਿਸ਼ਵਾਸ ਨੇ ਤੇ ਮੇਰੀ ਮਨੋ ਤੇ ਜਿਉਂਦਾ ਜਾਗਦਾ ਇਤਿਹਾਸ ਨੇ ਤੇ ਇਸ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣਨ ਦਾ ਮੌਕਾ ਦੋਸਤ ਦਾ ਸੱਦਾ ਆਦਮੀ ਰੋਟੀ ਖਾ ਕੇ ਤ੍ਰਿਪਤ ਨਹੀਂ ਹੁੰਦਾ ਆਦਰ ਮਾਨ ਔਰ ਸਨਮਾਨ ਦੇ ਨਾਲ ਹੁੰਦਾ ਤੇ ਰਾਤੀ ਮੇਰੇ ਦਿਲ ਦਾ ਸ਼ਾਇਰ ਕੁਛ ਕਹਿਣਾ ਚਾਹੁੰਦਾ ਸੀ ਤੇ ਲਾਈਨਾਂ ਲਿਖਦਾ ਸੀ ਤੇ ਕੀ ਆਉਂਦਾ ਸੀ ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ ਹੱਸਦਾ ਵਸਦਾ ਇਹ ਸਾਰਾ ਜਹਾਨ ਜੀਵੇ ਧਰਤੀ ਪੌਣ ਪਾਣੀ ਬੂਟੇ ਜੀਵ ਪ੍ਰਾਣੀ ਸੂਰਜ ਚੰਦ ਤਾਰੇ ਤੇ ਸਾਰਾ ਅਸਮਾਨ ਜੀਵੇ ਜੀਵੇ ਰਹਿਮ ਜੀਵੇ ਰਹਿਮ ਹਰ ਇਨਸਾਨ ਦੇ ਦਿਲ ਦੇ ਅੰਦਰ ਜੀਵੇ ਰਹਿਮ ਹਰ ਇਨਸਾਨ ਦੇ ਦਿਲ ਦੇ ਅੰਦਰ ਤੇ ਆਨ ਬਾਨ ਸ਼ਾਨ ਦੇ ਨਾਲ ਹਰ ਇਨਸਾਨ ਜੀਵੇ ਕੀ ਬਾਤ ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ ਉਹ ਮੇਰਾ ਯਾਰ ਦਿਲਦਾਰ ਇਮਰਾਨ ਖਾਨ ਬੰਦੂਕ ਚੋਂ ਨਿਕਲੀ ਗੋਲੀ ਤੇ ਮੁੱਖੋਂ ਨਿਕਲਿਆ ਵਾਗ ਦੁਬਾਰਾ ਆਉਂਦਾ ਕਿਤੇ ਪਰ ਫਿਰ ਵੀ ਤੁਸੀਂ ਇਹ ਸਾਰਾ ਸੁਣਨਾ ਚਾਹੁੰਦੇ ਹੋ ਦੁਬਾਰਾ ਆਖਰੀ ਲਾਈਨ ਆਖਰੀ ਅੱਛਾ ਠੀਕ ਨਹੀਂ ਉਹ ਦੁਬਾਰਾ ਮੈਂ ਮਤਲਬ ਪੂਰਾ ਐਨ ਟਕਾ ਕੇ ਕਹੂੰਗਾ ਪਿਆਰ ਅਮਨ ਤੇ ਖੁਸ਼ਹਾਲੀ ਦਾ ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ ਮੇਰਾ ਯਾਰ ਦਿਲਦਾਰ ਇਮਰਾਨ ਖਾਨ ਜੀ ਵੇਖੋ ਮੈਨੂੰ ਦੁਨੀਆ ਮੇ ਸਬਸੇ ਬੜਾ ਰੋਗ ਮੇਰੇ ਬਾਰੇ ਮੇ ਕਿਆ ਕਹੇਂਗੇ ਲੋਕ ਮੇਰੀ ਜਿਹੜੀ ਜ਼ਿੰਦਗੀ ਹੈ 17 ਤੋਂ 53 ਇਹ ਆਪਣੇ ਆਪ ਚ ਹੀ ਪ੍ਰਮਾਣ ਮੈਨੂੰ ਕਿਸੇ ਨੂੰ ਕੋਈ ਪ੍ਰੂਫ ਦੇਣ ਦੀ ਜ਼ਰੂਰਤ ਨਹੀਂ ਤੇ ਜੇ ਕੋਈ ਨਿੰਦਕ ਵੀ ਹੈ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰਦਾ ਕਿਉਂਕਿ ਪ੍ਰੇਮ ਪਰਿਚੇ ਕੋ ਪਹਿਚਾਨ ਬਣਾ ਦਿੱਤਾ ਹੈ ਫਿਰ ਨਾ ਕਹਿਣਾ ਉਰਦੂ ਤੇ ਹਿੰਦੀ ਨਹੀਂ ਬੋਲੀ ਕਿਉਂਕਿ ਪ੍ਰੇਮ ਪਰਿਚੇ ਕੋ ਪਹਿਚਾਨ ਬਣਾ ਦਿੱਤਾ ਹੈ ਵੀਰਾਨੇ ਕੋ ਖੁਲਿਸਤਾਨ ਬਣਾ ਦਿੱਤਾ ਹੈ ਮੈਂ ਆਪ ਬੀਤੀ ਕਹਿਤਾ ਹੂੰ ਗੈਰੋਂ ਕੀ ਨਹੀਂ ਪ੍ਰੇਮ ਇਨਸਾਨ ਕੋ ਭਗਵਾਨ ਬਣਾ ਮੈਂ ਕੋਈ ਪੋਲੀਟੀਕਲ ਬੰਦਾ ਬਣ ਕੇ ਇੱਥੇ ਨਹੀਂ ਆਇਆ ਮੈਂ ਇੱਕ ਦੋਸਤ ਦੇ ਨਾਤੇ ਪਿਆਰ ਮੁਹੱਬਤ ਅਮਨ ਦਾ ਗੁੱਡਵਿਲ ਮੈਸੈਂਜਰ ਬਣ ਕੇ ਇੱਥੇ ਆਇਆ ਮੇਰੀ ਇਹ ਆਸ ਹੈ ਮੈਂ ਖਾਨ ਸਾਹਿਬ ਨੂੰ ਉਹਨਾਂ ਦੀ ਪਰਸਨੈਲਿਟੀ ਨੂੰ ਖੇਡਾਂ ਦੇ ਦੌਰ ਵਿੱਚ ਬਹੁਤ ਵੇਖਿਆ ਔਰ ਔਖੀਆਂ ਘੜੀਆਂ ਦੇ ਵਿੱਚ ਮੈਂ ਵੇਖਿਆ ਕਿ ਉਹ ਕਮਜ਼ੋਰੀ ਨੂੰ ਤਾਕਤ ਦੇ ਵਿੱਚ ਕਿਸ ਤਰ੍ਹਾਂ ਤਬਦੀਲ ਕਰ ਜਾਂਦੇ ਰਾਹ ਦੀਆਂ ਜਿਹੜੀਆਂ ਚਟਾਨਾਂ ਨੇ ਸਫਲਤਾ ਦੀਆਂ ਸੀੜੀਆਂ ਬਣਾ ਜਾਂਦੇ ਔਰ ਇਹੀ ਅੱਜ ਪਾਕਿਸਤਾਨ ਨੂੰ ਜ਼ਰੂਰਤ ਮੈਂ ਚਾਹੁੰਦਾ ਮੇਰੀ ਇੱਕ ਇਹਨੂੰ ਇੰਝ ਲੈ ਲਓ ਸਿੱਧੂ ਸਾਹਿਬ ਤੁਸੀਂ ਖੁਦ ਸ਼ਾਇਰ ਹੋ ਤੇ ਉਸਤਾਦ ਦਾਮਨ ਨੇ ਕਿਹਾ ਸੀ ਕਿ ਲਾਲੀ ਅੱਖੀਆਂ ਦੀ ਬਈ ਦੱਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ ਤੇ ਦੋਵੇਂ ਮੁਲਕ ਕ੍ਰਿਕਟ ਦੇਖਣਾ ਚਾਹੁੰਦੇ ਨੇ ਤੇ ਤੁਸੀਂ ਇਹਦੇ ਵਾਸਤੇ ਮੈਡੀਏਟਰ ਦਾ ਕਿਰਦਾਰ ਅਦਾ ਕਰੋਗੇ ਇੱਕ ਮੈਂਬਰ ਬਣੋਗੇ ਦੋਵਾਂ ਮੁਲਕਾਂ ਦੇ ਦਰਮਿਆਨ ਕ੍ਰਿਕਟ ਬਹਾਲ ਕਰਨ ਦਾ ਮੈਂ ਤੇ ਇੱਕ ਗੱਲ ਕਹਿਣਾ ਕਿ ਕੋਈ ਵੀ ਸਪੋਰਟਸਮੈਨ ਕੋਈ ਵੀ ਕਲਾਕਾਰ ਚਾਹੇ ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਚਾਹੇ ਉਹ ਬੜੇ ਗੁਲਾਮ ਅਲੀ ਖਾਨ ਸਾਹਿਬ ਨੇ ਚਾਹੇ ਉਹ ਕਿਸ਼ੋਰ ਕੁਮਾਰ ਸਾਹਿਬ ਨੇ ਵਸੀਮ ਅਕਰਮ ਹੈ ਇਹ ਫਾਸਲੇ ਮਿਟਾਉਂਦੇ ਆ ਪੁਲ ਬਣਾਉਂਦੇ ਆ ਇਹ ਜੋੜਦੇ ਆ ਇਹ ਤੋੜਦੇ ਨਹੀਂ ਵੇਖੋ ਕੈਂਚੀ ਕੱਟਦੀ ਹੈ ਤੇ ਨਾਈ ਪੈਰਾਂ ਥੱਲੇ ਲਾ ਕੇ ਰੱਖਦਾ ਤੇ ਸੂਈ ਜੋੜਦੀ ਹੈ ਤੇ ਸਾਫੇ ਦੇ ਵਿੱਚ ਸਜਾ ਕੇ ਰੱਖੀ ਜਾਂਦੀ ਹੈ ਤੇ ਜੋੜਨ ਵਾਲੇ ਨੂੰ ਮਾਣ ਮਿਲਦਾ ਤੇ ਤੋੜਨ ਵਾਲੇ ਨੂੰ ਅਪਮਾਨ ਮਿਲਦਾ ਇਸ ਕਰਕੇ ਜੋੜਨ ਵਾਲੇ ਸਪੋਰਟਸਮੈਨ ਜੋੜਨ ਵਾਲੇ ਕਲਾਕਾਰ ਇਹ ਤੇ ਪੁਲ ਬਣਾਉਂਦੇ ਆ
ਫਾਸਲੇ ਮਿਟਾਉਂਦੇ ਹੈ, ਅਮਨ ਅਮਾਨ ਦੇ ਪ੍ਰਤੀਕ ਨੇ। ਇਸ ਕਰਕੇ ਕ੍ਰਿਕਟ ਹੋਵੇ, ਅਸੀਂ 16 ਸਾਲ ਬਾਅਦ ਆਏ ਸੀ। ਮੈਂ 2004 'ਚ ਖਾਨ ਸਾਹਿਬ ਪਾਕਿਸਤਾਨ ਵੱਲੋਂ ਕਮੈਂਟਰੀਆਂ ਕਰਦੇ ਸੀ ਅਤੇ ਮੈਂ ਹਿੰਦੁਸਤਾਨ ਵੱਲੋਂ ਕਮੈਂਟਰੀ ਕਰਦਾ ਸੀ ਅਤੇ ਇੱਥੋਂ ਹੀ ਤੁਰਿਆ ਜਾਂਦਾ। ਮੈਂ ਵਾਹਗੇ ਬਾਰਡਰ ਤੋਂ ਜਾ ਕੇ MP ਬਣ ਗਿਆ ਸਾਂ 2004 ਦੇ ਵਿੱਚ। ਸੋ ਇਹ ਸਪੋਰਟਸਮੈਨ ਸਿੱਧੂ ਜੀ, ਕਿਤਨਾ ਸਿੱਧੂ ਜੀ, ਕਿਤਨਾ ਅਫਸੋਸ ਨਾਲ, ਕਿਤਨਾ ਅਫਸੋਸ ਨਾਲ ਵੀ ਰਹੇ। ਆਪ ਵਜ਼ੀਰ ਵੀ ਹੈ ਔਰ ਇਮਰਾਨ ਖਾਨ ਸਾਹਿਬ ਕੀ ਹਕੂਮਤ ਬਣਨੇ ਜਾ ਰਹੀ ਹੈ। ਆਪ ਵਜ਼ੀਰ ਵੀ ਔਰ ਇਮਰਾਨ ਖਾਨ ਸਾਹਿਬ ਕੀ ਹਕੂਮਤ ਬਣਨੇ ਜਾ ਰਹੀ ਹੈ, ਤੋ ਕਿਆ ਆਪਕੋ ਕੋਈ ਸਲਾਹ ਵੀ ਦੇਗੇ ਕਿਸ ਤਰ੍ਹਾਂ ਸੇ ਖੇਲਨਾ? ਦੇਖਿਏ, ਥੱਕ ਜਾਓਗੇ, ਬੈਠੇ ਰਹੋ। ਮੈਂ ਯਹਾਂ ਮੁਹੱਬਤ ਕਾ ਪੈਗਵੇ ਪੇ ਆਇਆ ਹੂੰ। ਕੁਛ ਕਾਮ ਸਰਕਾਰੋਂ ਕੇ ਹੋਤੇ ਹੈ ਜੋ ਪੋਲੀਟੀਕਲ ਹੋਤੇ ਹੈ, ਮੈਂ ਉਨਮੇਂ ਦਖਲ ਅੰਦਾਜ਼ੀ ਕਰਨੇ ਨਹੀਂ ਆਇਆ ਹੂੰ। ਮੈਂ ਉਨਕੀ ਖੁਸ਼ੀ ਮੇਂ ਸ਼ਰੀਕ ਹੋਨੇ ਆਇਆ ਹੂੰ। ਔਰ ਆਜ ਮੁਝੇ ਕੁਛ ਅਫਸੋਸ ਵੀ ਹੈ ਕਿ ਹਮਾਰੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਸਾਹਿਬ, ਜਿਨ੍ਹਾਂ ਦੋਸਤੀ ਕੀ ਬੱਸ ਚਲਾਈ ਥੀ। ਆ ਭਾਂਡੇ ਵਾਂਗ ਹੁੰਦਾ, ਇੱਕ ਵਾਰ ਟੁੱਟ ਜੇ ਅਤੇ ਫਿਰ ਲੱਖ ਗੂੰਦ ਲਾਈ ਜਾਓ, ਜੋੜਾਂ ਦੇਖਦੇ ਰਹਿਣ। ਸਿੱਧੂ ਜੀ, ਅੱਗੇ ਆਸ ਔਰ ਵਿਸ਼ਵਾਸ ਇਹ ਵਕਤ ਦੱਸੇਗਾ ਕਿ ਖਾਨ ਸਾਹਿਬ ਅਗਲੇ 6 ਮਹੀਨਿਆਂ ਦੇ ਵਿੱਚ ਜਿਹੜਾ ਲੋਕਾਂ ਦੀਆਂ ਉਮੀਦਾਂ ਉਹਦੇ ਉੱਤੇ ਕਿੰਨੇ ਖਰੇ ਉਤਰੇ। ਮੈਂ ਤਾਂ ਉਹਨਾਂ ਨੂੰ ਸੋਨਾ ਮੰਨਦਾ, ਜੇ ਅੱਗ 'ਚ ਵੀ ਪਾ ਦਿਓਗੇ ਤੇ ਆਪਣੀ ਮੈਲ ਖੋਏਗਾ, ਹੋਰ ਸੰਵਰੇਗਾ, ਹੋਰ ਨਿਖਰੇਗਾ। ਇਸ ਕਰਕੇ ਮੈਂ ਆਗੇ ਨਾ ਇਲੈਕਸ਼ਨ ਆ ਰਹੇ ਇੰਡੀਆ ਮੇ, ਯਹਾਂ ਪੇ ਇਲੈਕਸ਼ਨ ਹੋ ਜਾਂ ਵਹਾਂ ਪੇ ਵੀ ਐਂਟੀ ਜੋ ਪਾਕਿਸਤਾਨ ਇੰਡੀਆ ਜੋ ਐਲੀਮੈਂਟ ਹੈ ਵੋ ਸਿਆਸਤਦਾਨੋਂ ਮੇਂ ਬੜਾ ਮੈਟਰ ਕਰਤਾ ਹੈ। ਦੇਖਿਏ, ਕਿਤਨਾ ਅਫਸੋਸਨਾਕ ਪਹਿਲੂ ਆਪਕੇ ਲਈ। ਦੇਖਿਏ, ਮੈਂ ਤੋਹਫਾ ਕਿਆ ਲੈ ਕੇ ਆਇਆ? ਮੈਂ ਉਨਕੇ ਉਨਕੇ ਲਈ ਇੱਕ ਸ਼ਾਲ ਲੈ ਕੇ ਆਇਆ ਹੂੰ, ਕਸ਼ਮੀਰੀ ਬੁਨਕਰੋਂ ਕੀ, ਮੁਝੇ ਬਹੁਤ ਪਸੰਦ ਹੈ ਔਰ ਮੈਂ ਖੁਦ ਵੋ ਲੇਤਾ ਹੂੰ। ਇਸ ਲਈ ਮੈਂ ਬੜਾ ਢੂੰਡ ਕੇ ਉਹ ਸ਼ਾਲ ਖਾਨ ਸਾਹਿਬ ਕੇ ਲੀਏ, ਇੱਕ ਮੁਹੱਬਤ ਕਾ ਪ੍ਰਤੀਕ ਹੈ ਵੋ ਸ਼ਾਲ। ਜੇ ਤੁਸੀਂ ਕਹੋ ਤਾਂ ਮੈਂ ਉਹ ਮੁਹੱਬਤ ਦੀਆਂ ਲਾਈਨਾਂ ਵੀ ਲਿਖੀਆਂ ਸੁਣਾ ਦਿਆਂ। ਇਹਨੂੰ ਮਗਰ ਨੂੰ ਕਰਨਾ ਯਾਰ ਮਿੱਤਰਾ, ਥੋੜ੍ਹਾ ਜਿਹਾ ਲੈ ਕੇ ਆਇਆ ਪੈਗਾਮ ਮੁਹੱਬਤਾਂ ਦਾ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ, ਲੈ ਕੇ ਆਇਆ ਮੈਂ। ਹਾਂ, ਲੈ ਇਹੀ ਹੋਇਆ, ਲੈ ਕੇ ਆਇਆ ਪੈਗਾਮ ਮੁਹੱਬਤਾਂ ਦੇ, ਲੈ ਕੇ ਆਇਆ ਪੈਗਾਮ ਮੁਹੱਬਤਾਂ ਦੇ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ। ਸਾਡੀ ਰੂਹ ਤੇ ਨਹੀਂ ਪਿੰਕ ਰੰਗ ਹੈ, ਇਹ ਪਿੰਕ ਰੰਗ ਸ਼ਗਨਾਂ ਦਾ, ਪਿਆਰ ਦਾ, ਮੁਹੱਬਤ ਦਾ, ਤੇ ਵਿਆਹਾਂ ਦੇ ਉੱਤੇ ਵੀ ਇਹ ਇਸਤੇਮਾਲ ਹੁੰਦਾ ਹੈ। ਹਾਲਾਂਕਿ ਮੇਰੇ ਦਿਲ ਦੇ ਵਿੱਚ ਵਾਜਪੇਈ ਸਾਹਿਬ ਦੇ ਜਾਣ ਦਾ ਬੜਾ ਸ਼ੌਕ ਹੈ, ਲੇਕਿਨ ਫਿਰ ਵੀ ਜ਼ਿੰਦਗੀ ਚੱਲਦੀ ਰਹਿੰਦੀ ਹੈ ਔਰ ਅਸੀਂ ਅਮਨ ਅਮਾਨ ਪਿਆਰ ਮੁਹੱਬਤ ਲੈ ਕੇ ਅੱਜ ਪਾਕਿਸਤਾਨ ਆਏ। ਸੁਨੱਖੀ ਉੱਚੀ ਸੁੱਚੀ ਭਾਗਾਂ ਵਾਲੀ, ਛੈਲ ਛਬੀਲੀ, ਰੰਗ ਰੰਗੀਲੀ, ਸ਼ਰਮਾ ਵਾਲੀ, ਸੋਹਣੀ ਜੀ ਪਰਿਆ ਵਿੱਚ ਜਿੱਥੇ ਤੁਸੀਂ ਆਏ ਆ ਇਮਰਾਨ ਖਾਨ ਹੋਣਾ ਵਾਸਤੇ, ਇਹ ਦੱਸੋ ਪੂਰੇ ਪਾਕਿਸਤਾਨ ਨੂੰ ਕੀ ਪੈਗਾਮ ਦੇ ਕੇ ਜਾਓਗੇ? ਭਾਈ ਦੁਆ ਹੈ ਆਪ ਕੀ, ਮੈਂ ਤਾਂ ਦੁਆਵਾਂ ਲੈ ਕੇ ਕੈਮਰੇ 'ਚ ਵੇਖੋ ਸਰ, ਮੈਂ ਤਾਂ ਦੁਆਵਾਂ, ਮੈਂ ਤਾਂ ਦੁਆਵਾਂ ਲੈ ਕੇ ਆਇਆ ਸਭ ਦੇ ਲਈ। ਜਦੋਂ ਤੁਸੀਂ ਇੱਕ ਮਿੰਟ ਛੋਟੇ ਵੀਰ, ਇੱਕ ਮਿੰਟ, ਤੁਸੀਂ 5 ਵਕਤ ਦੀ ਨਮਾਜ਼ ਪੜ੍ਹਦੇ ਹੋ, ਤੁਸੀਂ 5 ਦੀ ਆਸ ਤੇ ਵਿਸ਼ਵਾਸ ਨੇ ਤੇ ਮੇਰੀ ਮਨੋ ਤੇ ਜਿਉਂਦਾ ਜਾਗਦਾ ਇਤਿਹਾਸ ਨੇ ਤੇ ਇਸ ਇਤਿਹਾਸ ਦੇ ਪੰਨਿਆਂ ਦਾ ਹਿੱਸਾ ਬਣਨ ਦਾ ਮੌਕਾ, ਦੋਸਤ ਦਾ ਸੱਦਾ, ਆਦਮੀ ਰੋਟੀ ਖਾ ਕੇ ਤ੍ਰਿਪਤ ਨਹੀਂ ਹੁੰਦਾ, ਆਦਰ ਮਾਨ ਔਰ ਸਨਮਾਨ ਦੇ ਨਾਲ ਹੁੰਦਾ। ਤੇ ਰਾਤੀ ਮੇਰੇ ਦਿਲ ਦਾ ਸ਼ਾਇਰ ਕੁਛ ਕਹਿਣਾ ਚਾਹੁੰਦਾ ਸੀ ਤੇ ਲਾਈਨਾਂ ਲਿਖਦਾ ਸੀ ਤੇ ਕੀ ਆਉਂਦਾ ਸੀ, ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ, ਹਿੰਦੁਸਤਾਨ ਜੀਵੇ ਤੇ ਪਾਕਿਸਤਾਨ ਜੀਵੇ, ਹੱਸਦਾ ਵੱਸਦਾ ਇਹ ਸਾਰਾ ਜਹਾਨ ਜੀਵੇ, ਧਰਤੀ ਪੌਣ ਪਾਣੀ, ਬੂਟੇ ਜੀਵ ਪ੍ਰਾਣੀ, ਸੂਰਜ ਚੰਦ ਤਾਰੇ ਤੇ ਸਾਰਾ ਅਸਮਾਨ ਜੀਵੇ, ਜੀਵੇ ਰਹਿਮ, ਜੀਵੇ ਰਹਿਮ ਹਰ ਇਨਸਾਨ ਦੇ ਦਿਲ ਦੇ ਅੰਦਰ, ਜੀਵੇ ਰਹਿਮ ਹਰ ਇਨਸਾਨ ਦੇ ਦਿਲ ਦੇ ਅੰਦਰ ਤੇ ਆਨ ਬਾਨ ਸ਼ਾਨ ਦੇ ਨਾਲ ਹਰ ਇਨਸਾਨ ਜੀਵੇ। ਕਿਆ ਬਾਤ, ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ, ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ ਉਹ ਮੇਰਾ ਯਾਰ ਦਿਲਦਾਰ ਇਮਰਾਨ ਖਾਨ ਜੀ, ਇੱਕ ਵਾਰੀ ਫੇਰ
ਬੰਦੂਕ ਚੋਂ ਨਿਕਲੀ ਗੋਲੀ ਤੇ ਮੁੱਖੋਂ ਨਿਕਲਿਆ ਵਾਕ ਦੁਬਾਰਾ ਆਉਂਦਾ ਕਿਤੇ ਪਰ ਫਿਰ ਵੀ ਇਹ ਸਾਰਾ ਸੁਣਨਾ ਚਾਹੁੰਦੇ ਹੋ ਆਖਰੀ ਲਾਈਨ ਆਖਰੀ ਅੱਛਾ ਠੀਕ ਨਹੀਂ ਨਹੀਂ ਉਹ ਦੁਬਾਰਾ ਮੈਂ ਮਤਲਬ ਪੂਰਾ ਐਨ ਟਕਾ ਕੇ ਕਹੂੰਗਾ ਪਿਆਰ ਅਮਨ ਤੇ ਖੁਸ਼ਹਾਲੀ ਦਾ ਪਿਆਰ ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ ਮੇਰਾ ਯਾਰ ਦਿਲਦਾਰ ਇਮਰਾਨ ਖਾਨ ਜੀ ਸਿੱਧੂ ਜੀ ਇੰਡੀਆ ਨੂੰ ਜਿਹੜੇ ਇੱਥੇ ਆਏ ਹੋ ਕਿੰਨਾ ਲੱਕੀ ਮਹਿਸੂਸ ਕਰ ਰਹੇ ਹੋ ਕਿ ਪੂਰੇ ਪਾਕਿਸਤਾਨ ਵੇਖੋ ਵੇਖੋ ਤੁਹਾਡੇ ਦੋ ਦੋਸਤ ਨਹੀਂ ਆ ਸਕੇ ਮਜਬੂਰ ਤੁਸੀਂ ਆਏ ਹੋ ਵੇਖੋ ਪ੍ਰੈਸ਼ਰ ਵੀ ਬੜਾ ਇੰਡੀਅਨ ਮੀਡੀਆ ਦਾ ਵੇਖੋ ਮੈਨੂੰ ਦੁਨੀਆ ਮੇ ਸਭ ਬੜਾ ਰੋਗ ਮੇਰੇ ਬਾਰੇ ਮੇ ਕਿਆ ਕਹੇਂਗੇ ਲੋਕ ਮੇਰੀ ਜਿਹੜੀ ਜ਼ਿੰਦਗੀ ਹੈ 17 to 53 ਇਹ ਆਪਣੇ ਆਪ 'ਚ ਹੀ ਪ੍ਰਮਾਣ ਮੈਨੂੰ ਕਿਸੇ ਨੂੰ ਕੋਈ ਪ੍ਰੂਫ ਦੇਣ ਦੀ ਜ਼ਰੂਰਤ ਨਹੀਂ ਅਤੇ ਜੇ ਕੋਈ ਨਿੰਦਕ ਵੀ ਹੈ ਮੈਂ ਉਹਦੀ ਲੰਮੀ ਉਮਰ ਦੀ ਦੁਆ ਕਰਦਾ ਕਿਉਂਕਿ ਪ੍ਰੇਮ ਪਰਿਚੇ ਕੋ ਪਹਿਚਾਨ ਬਣਾ ਦਿੱਤਾ ਹੈ ਫਿਰ ਨਾ ਕਹਿਣਾ ਉਰਦੂ ਅਤੇ ਹਿੰਦੀ ਨਹੀਂ ਬੋਲੀ ਕਿਉਂਕਿ ਪ੍ਰੇਮ ਪਰਿਚੇ ਕੋ ਪਹਿਚਾਨ ਬਣਾ ਦਿੱਤਾ ਹੈ ਵੀਰਾਨੇ ਕੋ ਖੁਲਿਸਤਾਨ ਬਣਾ ਦਿੱਤਾ ਹੈ ਮੈਂ ਆਪ ਬੀਤੀ ਕਹਿਤਾ ਹੂੰ ਗੈਰੋਂ ਕੀ ਨਹੀਂ ਪ੍ਰੇਮ ਇਨਸਾਨ ਕੋ ਭਗਵਾਨ ਬਣਾ ਪਾਕਿਸਤਾਨ ਇੰਡੀਆ ਕੇ ਤਾਲੁਕਾਤ ਕੇ ਬਾਰੇ ਮੈਂ ਕਿਆ ਕਹਿਣਾ ਚਾਹਾਂਗੇ ਅੱਛਾ ਜੀ ਕਿ ਮੈਂ ਕੋਈ ਪੋਲੀਟੀਕਲ ਬੰਦਾ ਬਣ ਕੇ ਇੱਥੇ ਨਹੀਂ ਆਇਆ ਮੈਂ ਇੱਕ ਦੋਸਤ ਦੇ ਨਾਤੇ ਪਿਆਰ ਮੁਹੱਬਤ ਅਮਨ ਦਾ ਗੁੱਡਵਿਲ ਮੈਸੇਂਜਰ ਬਣ ਕੇ ਇੱਥੇ ਆਇਆ ਮੇਰੀ ਇਹ ਆਸ ਹੈ ਮੈਂ ਖਾਨ ਸਾਹਿਬ ਨੂੰ ਉਹਨਾਂ ਦੀ ਪਰਸਨੈਲਿਟੀ ਨੂੰ ਖੇਡਾਂ ਦੇ ਦੌਰ ਵਿੱਚ ਬਹੁਤ ਵੇਖਿਆ ਔਰ ਔਖੀਆਂ ਘੜੀਆਂ ਦੇ ਵਿੱਚ ਮੈਂ ਵੇਖਿਆ ਕਿ ਉਹ ਕਮਜ਼ੋਰੀ ਨੂੰ ਤਾਕਤ ਦੇ ਵਿੱਚ ਕਿਸ ਤਰ੍ਹਾਂ ਤਬਦੀਲ ਕਰ ਜਾਂਦੇ ਰਾਹ ਦੀਆਂ ਜਿਹੜੀਆਂ ਚਟਾਨਾਂ ਨੇ ਸਫਲਤਾ ਦੀਆਂ ਸੀੜੀਆਂ ਬਣਾ ਜਾਂਦੇ ਔਰ ਇਹੀ ਅੱਜ ਪਾਕਿਸਤਾਨ ਨੂੰ ਜ਼ਰੂਰਤ ਮੈਂ ਚਾਹੁੰਦਾ ਮੇਰੀ ਇੱਕ ਇਹਨੂੰ ਇੰਝ ਲੈ ਲਓ ਸਿੱਧੂ ਸਾਹਿਬ ਤੁਸੀਂ ਖੁਦ ਸ਼ਾਇਰ ਹੋ ਤੇ ਉਸਤਾਦ ਦਾਮਨ ਨੇ ਕਿਹਾ ਸੀ ਕਿ ਲਾਲੀ ਅੱਖੀਆਂ ਦੀ ਬਈ ਦੱਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਆ ਤੇ ਦੋਵੇਂ ਮੁਲਕ ਕ੍ਰਿਕਟ ਦੇਖਣਾ ਚਾਹੁੰਦੇ ਨੇ ਤੇ ਤੁਸੀਂ ਇਹਦੇ ਵਾਸਤੇ ਮੈਡੀਏਟਰ ਦਾ ਕਿਰਦਾਰ ਅਦਾ ਕਰੋਗੇ ਇੱਕ ਮੈਂਬਰ ਬਣੋਗੇ ਤੁਹਾਂ ਮੁਲਕਾਂ ਦੇ ਦਰਮਿਆਨ ਕ੍ਰਿਕਟ ਬਹਾਲ ਕਰਨ ਦਾ ਮੈਂ ਤੇ ਇੱਕ ਗੱਲ ਕਹਿਣਾ ਕਿ ਕੋਈ ਵੀ ਸਪੋਰਟਸਮੈਨ ਕੋਈ ਵੀ ਕਲਾਕਾਰ ਚਾਹੇ ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਚਾਹੇ ਉਹ ਬੜੇ ਗੁਲਾਮ ਅਲੀ ਖਾਨ ਸਾਹਿਬ ਨੇ ਚਾਹੇ ਉਹ ਕਿਸ਼ੋਰ ਕੁਮਾਰ ਸਾਹਿਬ ਨੇ ਵਸੀਮ ਅਕਰਮ ਹੈ ਇਹ ਫਾਸਲੇ ਮਿਟਾਉਂਦੇ ਪੁਲ ਬਣਾਉਂਦੇ ਹੈ ਇਹ ਜੋੜਦੇ ਹੈ ਇਹ ਤੋੜਦੇ ਨਹੀਂ ਵੇਖੋ ਕੈਂਚੀ ਕੱਟਦੀ ਹੈ ਅਤੇ ਨਾਈ ਪੈਰਾਂ ਥੱਲੇ ਲਾ ਕੇ ਰੱਖਦਾ ਅਤੇ ਸੂਈ ਜੋੜਦੀ ਹੈ ਅਤੇ ਸਾਫੇ ਦੇ ਵਿੱਚ ਸਜਾ ਕੇ ਰੱਖੀ ਜਾਂਦੀ ਅਤੇ ਜੋੜਨ ਵਾਲੇ ਨੂੰ ਮਾਣ ਮਿਲਦਾ ਅਤੇ ਤੋੜਨ ਵਾਲੇ ਨੂੰ ਅਪਮਾਨ ਮਿਲਦਾ ਇਸ ਕਰਕੇ ਜੋੜਨ ਵਾਲੇ ਸਪੋਰਟਸਮੈਨ ਜੋੜਨ ਵਾਲੇ ਕਲਾਕਾਰ ਇਹ ਤੇ ਪੁਲ ਬਣਾਉਂਦੇ ਹੈ ਫਾਸਲੇ ਮਿਟਾਉਂਦੇ ਹੈ ਅਮਨ ਅਮਾਨ ਦੇ ਪ੍ਰਤੀਕ ਨੇ ਇਸ ਕਰਕੇ ਕ੍ਰਿਕਟ ਹੋਵੇ ਅਸੀਂ 16 ਬਾਅਦ ਆਏ ਸੀ ਮੈਂ 2004 'ਚ ਖਾਨ ਸਾਹਿਬ ਪਾਕਿਸਤਾਨ ਵੱਲੋਂ ਕਮੈਂਟਰੀਆਂ ਕਰਦੇ ਸੀ ਅਤੇ ਮੈਂ ਹਿੰਦੁਸਤਾਨ ਵੱਲੋਂ ਕਮੈਂਟਰੀ ਕਰਦਾ ਸੀ ਅਤੇ ਇੱਥੋਂ ਹੀ ਤੁਰਿਆ ਜਾਂਦਾ ਮੈਂ ਵਾਹਗੇ ਬਾਰਡਰ ਤੋਂ ਜਾ ਕੇ MP ਬਣ ਗਿਆ ਸਾਂ 2004 ਦੇ ਵਿੱਚ ਸੋ ਇਹ ਸਪੋਰਟਸਮੈਨ ਮੈਂ ਯਹਾਂ ਮੁਹੱਬਤ ਕਾ ਪੈ ਕੁਛ ਕਾਮ ਸਰਕਾਰੋਂ ਕੇ ਹੋਤੇ ਜੋ ਪੋਲੀਟੀਕਲ ਹੋਤੇ ਹੈ ਮੈਂ ਉਨਮੇਂ ਦਖਲ ਅੰਦਾਜ਼ੀ ਕਰਨੇ ਨਹੀਂ ਆਇਆ ਹੂੰ ਮੈਂ ਉਨਕੀ ਖੁਸ਼ੀ ਮੇਂ ਸ਼ਰੀਕ ਹੋਨੇ ਆਇਆ ਹੂੰ ਔਰ ਆਜ ਮੁਝੇ ਕੁਛ ਅਫਸੋਸ ਵੀ ਹੈ ਕਿ ਹਮਾਰੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਾਹਿਬ ਜਿਨ੍ਹਾਂ ਦੋਸਤੀ ਕੀ ਬੱਸ ਚਲਾਈ ਥੀ ਤੇ ਫਿਰ ਲੱਖ ਗੂੰਦ ਲਾਈ ਜਾਓ ਜੋੜਾਂ ਦਿਖਦੇ ਰਹਿਣ ਸਿੱਧੂ ਜੀ ਅੱਗੇ ਅੱਗੇ ਆਸ ਔਰ ਵਿਸ਼ਵਾਸ ਇਹ ਵਕਤ ਦੱਸੇਗਾ ਕਿ ਖਾਨ ਸਾਹਿਬ ਅਗਲੇ 6 ਮਹੀਨਿਆਂ ਦੇ ਵਿੱਚ ਜਿਹੜਾ ਲੋਕਾਂ ਦੀਆਂ ਉਮੀਦਾਂ ਉਹਦੇ ਉੱਤੇ ਕਿੰਨੇ ਖਰੇ ਉਤਰੇ ਮੈਂ ਤੇ ਉਹਨਾਂ ਨੂੰ ਸੋਨਾ ਮੰਨਦਾ ਜਾਂ ਅੱਗ 'ਚ ਵੀ ਪਾ ਦਿਓਗੇ
ਤੇ ਆਪਣੀ ਮਹਿਲ ਖੋਏਗਾ, ਹੋਰ ਸੰਵਰੇਗਾ, ਹੋਰ ਨਿਖਰੇਗਾ। ਇਸ ਕਰਕੇ ਮੈਂ ਅੱਗੇ ਨਾ ਇਲੈਕਸ਼ਨ ਆ ਰਹੇ ਇੰਡੀਆ ਮੇ, ਯਹਾਂ ਪੇ ਇਲੈਕਸ਼ਨ ਹੋ ਜਾਂ ਵਹਾਂ ਪੇ ਵੀ ਐਂਟੀ ਜੋ ਪਾਕਿਸਤਾਨ ਇੰਡੀਆ ਜੋ ਐਲੀਮੈਂਟ ਹੈ ਵੋ ਸਿਆਸਤਦਾਨੋਂ ਮੇ ਬੜਾ ਮੈਟਰ ਕਰਤਾ ਹੈ। ਦੇਖਿਏ ਕਿਤਨਾ ਅਫਸੋਸਨਾਕ ਪਹਿਲੂ ਆਪਕੇ ਲਈ। ਦੇਖਿਏ ਮੈਂ ਅੱਛਾ ਪਾਕਿਸਤਾਨ ਕੇ ਉਸਕੇ ਸਾਥ ਕੀ ਲੈ ਕੇ ਆਏ ਕਿਨਕੇ ਜੀ? ਮੈਂ ਤੋਹਫਾ ਕੇ ਲੈ ਕੇ ਆਏ, ਮੈਂ ਉਨਕੇ ਲਈ ਇੱਕ ਸ਼ਾਲ ਲੈ ਕੇ ਆਇਆ ਹੂੰ, ਕਸ਼ਮੀਰੀ ਬੁਨਕਰੋਂ ਕੀ, ਮੁਝੇ ਉਹ ਬਹੁਤ ਪਸੰਦ ਹੈ ਔਰ ਮੈਂ ਖੁਦ ਵੋ ਲੇਤਾ ਹੂੰ, ਇਸ ਲਈ ਮੈਂ ਬੜਾ ਢੂੰਡ ਕੇ ਉਹ ਸ਼ਾਲ ਖਾਨ ਸਾਹਿਬ ਕੇ ਲੀਏ, ਇੱਕ ਮੁਹੱਬਤ ਕਾ ਪ੍ਰਤੀਕ ਹੈ ਵੋ ਸ਼ਾਲ। ਜੇ ਤੁਸੀਂ ਕਹੋ ਤਾਂ ਮੈਂ ਉਹ ਮੁਹੱਬਤ ਦੀਆਂ ਲਾਈਨਾਂ ਵੀ ਲਿਖੀਆਂ ਸੁਣਾ ਦਿਆਂ। ਇਹਨੂੰ ਮਗਰ ਨੂੰ ਕਰਨਾ ਯਾਰ ਮਿੱਤਰਾ ਥੋੜ੍ਹਾ ਜਿਹਾ ਲੈ ਕੇ ਆਇਆ ਪੈਗਾਮ ਮੁਹੱਬਤਾਂ ਦਾ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ, ਲੈ ਕੇ ਆਇਆ ਮੈਂ ਹਾਂ ਲੈ ਇਹ ਇਹੀ ਹੋਇਆ, ਲੈ ਕੇ ਆਇਆ ਪੈਗਾਮ ਮੁਹੱਬਤਾਂ ਦੇ, ਲੈ ਕੇ ਆਇਆ ਪੈਗਾਮ ਮੁਹੱਬਤਾਂ ਦੇ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ, ਸਾਡੀ ਰੂਹ ਤੇ ਨਹੀਂ ਪਿੰਕ ਰੰਗ ਹੈ, ਇਹ ਇਹ ਪਿੰਕ ਰੰਗ ਸ਼ਗਨਾਂ ਦਾ, ਪਿਆਰ ਦਾ, ਮੁਹੱਬਤ ਦਾ, ਤੇ ਵਿਆਹਾਂ ਦੇ ਉੱਤੇ ਵੀ ਇਹ ਇਸਤੇਮਾਲ ਹੁੰਦਾ। ਹਾਲਾਂਕਿ ਮੇਰੇ ਦਿਲ ਦੇ ਵਿੱਚ ਵਾਜਪਾਈ ਸਾਹਿਬ ਦੇ ਜਾਣ ਦਾ ਬੜਾ ਸ਼ੌਕ ਹੈ, ਲੇਕਿਨ ਫਿਰ ਵੀ ਜ਼ਿੰਦਗੀ ਚੱਲਦੀ ਰਹਿੰਦੀ ਹੈ ਔਰ ਅਸੀਂ ਅਮਨ ਅਮਾਨ ਪਿਆਰ ਮੁਹੱਬਤ ਲੈ ਕੇ ਅੱਜ ਪਾਕਿਸਤਾਨ ਆਏ। ਸੁਰੱਖੀ ਉੱਚੀ ਸੁੱਚੀ ਭਾਗਾਂ ਵਾਲੀ, ਛੈਲ ਛਬੀਲੀ, ਰੰਗ ਰੰਗੀਲੀ, ਸ਼ਰਮਾ ਵਾਲੀ, ਸੋਹਣੀ ਜੀ ਭਰਿਆ ਵਿੱਚ ਜਿੱਥੇ ਤੁਸੀਂ ਆਏ ਆ ਇਮਰਾਨ ਖਾਨ ਹੋਣਾ ਵਾਸਤੇ, ਇਹ ਦੱਸੋ ਪੂਰੇ ਪਾਕਿਸਤਾਨ ਨੂੰ ਕੀ ਪੈਗਾਮ ਦੇ ਕੇ ਜਾਓ? ਭਾਈ ਦੁਆ ਹੈ ਆਪ ਕੀ, ਮੈਂ ਤਾਂ ਦੁਆਵਾਂ ਲੈ ਕੇ ਕੈਮਰੇ 'ਚ ਵੇਖੋ ਸਰ, ਮੈਂ ਤਾਂ ਦੁਆਵਾਂ ਲੈ ਕੇ ਆਇਆ ਸਭ ਦੇ ਲਈ।